Hello everyone, welcome you all in your own channel Learn Everything. ਸੋ ਆਪਾਂ ਕਰੇ ਸੀ ਡਿਫਰੈਂਸ਼ੀਅਲ ਇਕੁਏਸ਼ਨ ਜਿਹਦੇ ਵਿੱਚ ਮੈਂ ਤੁਹਾਨੂੰ ਪਰਟੀਕੂਲਰ ਟੈਕਨਿਕਲ ਕਿੱਦਾਂ ਫਾਈਂਡ ਆਊਟ ਕਰਦੇ ਆ ਉਹਦੇ ਜਿਹੜੇ ਕੁਐਸਚਨ ਮਾਸਟਰ ਕਿਡਲ ਚਾਹੀ ਸੀ ਉਹ ਸਾਰੇ ਕਰਵਾ ਦਿੱਤੇ ਆ ਨੈਕਸਟ ਜੋ ਸਾਡੇ ਸਿਲੇਬਸ ਦੇ ਵਿੱਚ ਆ ਨਾ ਅਸੀਂ ਕਨਸਟੈਂਟ ਕੋਫੀਸ਼ੀਐਂਟ ਨਾਲ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨਸ ਦੇਖ ਲਈਆਂ ਬਟ ਵਿਦ ਵਰੀਏਬਲ ਕੋਫੀਸ਼ੀਐਂਟ ਕਿੱਦਾਂ ਦੇਖਾਂਗੇ ਉਹਦੇ ਦਾ ਵੀ ਕੁਐਸਚਨ ਆਂਦਾ ਆ ਠੀਕ ਹੈ ਬਟ ਸਿਲੇਬਸ ਦੇ ਵਿੱਚ ਵੀ ਮੈਂਸ਼ਨ ਹੈਗਾ ਸੋ ਆਪਾਂ ਇਹਨੂੰ ਹੁਣ ਕਰਾਂਗੇ ਕਿ ਜਿਹੜੇ ਵਰੀਏਬਲ ਕੋਫੀਸ਼ੀਐਂਟ ਹੈਗੇ ਉਹਦੇ ਨਾਲ ਜਿਹੜੀਆਂ ਲੀਨੀਅਰ ਡਿਫਰੈਂਸ਼ੀਅਲ ਦਾ ਇਜ਼ੀ ਟਾਪਿਕ ਆ ਨਾਲ ਹੀ ਮੈਂ ਤੁਹਾਨੂੰ ਇਹਦੇ ਵਿੱਚ ਮਾਸਟਰ ਕੈਡਰ ਦੇ ਜੋ ਕੁਐਸਚਨ ਆਏ ਆ ਉਹ ਵੀ ਕਰਵਾ ਦਵਾਂਗੀ ਠੀਕ ਹੈ ਕਿ ਕਿਸ ਵੀ ਇਹ ਨਾਲ ਕੁਐਸਚਨ ਆਇਆ ਹੋਇਆ ਸੋ ਫਸਟ ਆਫ ਆਲ ਤੁਹਾਨੂੰ ਇਹ ਕੁਝ ਰੈਕਸ਼ਨ ਦਾ ਪਤਾ ਹੋਣਾ ਚਾਹੀਦਾ ਦਿਸ ਇਜ਼ ਦਾ ਫਾਰਮ ਦੇਖ ਲਓ ਪੀ ਨਾਟ ਫਿਰ ਨਾਲ ਐਨਥ ਡੈਰੀਵੇਟਿਵ ਹੈਗਾ ਫਿਰ ਡੈਰੀਵੇਟਿਵ ਘਾਟ ਰਹੇ ਨੇ ਅਪ ਟੂ ਸੋਨ ਪੀ ਐਨ ਵਾਈ ਇਕੁਅਲ ਟੂ ਜ਼ੀਰੋ ਹੁਣ ਜਿਹੜੀ ਇੱਥੇ ਪੀ 0 ਪੀ 1 ਪੀ 2 ਅਪ ਟੂ ਸੋਨ ਕਿਉ ਤੱਕ ਹੈਗੇ ਨੇ ਸਾਰੇ ਫੰਕਸ਼ਨ ਆਫ ਐਕਸ ਹੈਗੇ ਨੇ ਤੇ ਇਹਨੂੰ ਬੋਲਦੇ ਆਪਾਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਵਿਦ ਵਰੀਏਬਲ ਕੋਫੀਸ਼ੀਐ ਐਂਡ ਨੈਕਸਟ ਹੈਗਾ ਇਹਨੂੰ ਆਪਾਂ ਨਾ ਸੋਲਵ ਕਰਨ ਲਈ ਕੋਚੀ ਤੇ ਲੇਜੈਂਡਰ ਜਿਹੜੀਆਂ ਇਕੁਏਸ਼ਨਸ ਆ ਉਹ ਦੇਖਾਂਗੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੋਚੀ ਜਿਹੜੀ ਲੀਨੀਅਰ ਇਕੁਏਸ਼ਨ ਆ ਉਹਦੇ ਬਾਰੇ ਦੱਸਾਂਗੀ ਨੈਕਸਟ ਦੇ ਵਿੱਚ ਆਪਾਂ ਲੇਜੈਂਡਰ ਇਹਨੂੰ ਡੀਲ ਕਰਾਂਗੇ ਫਰਸਟ ਇਜ਼ ਹੋਮੋਜੀਨੀਅਸ ਲੀਨੀਅਰ ਇਕੁਏਸ਼ਨ ਫਾਰਮ ਦੇਖ ਲਓ ਪੀ ਨੋਟ ਨਾਲ x ਦੇਖੂਗੋ ਨਾ ਕੀ ਆ ਗਿਆ ਨਾਲ x ਆ ਗਿਆ x ਦੀ ਪਾਵਰ n ਫਿਰ x ਦੀ ਪਾਵਰ n 1 ਅਪ ਟੂ ਸੋਨ ਇਕੁਅਲ ਟੂ qx ਠੀਕ ਹੈ ਯਾਨੀ ਹੁਣ ਜਦੋਂ ਤੁਸੀਂ ਇਰ ਇਕੁਏਸ਼ਨ ਦੇਖਣ ਨੂੰ ਮਿਲੇਗੀ ਜਿਹੜੀਆਂ ਆਪਾਂ ਪਹਿਲਾਂ ਕਰਕੇ ਆਏ ਹਾਂ ਉਹਦੇ ਵਿੱਚ ਨਾਲ ਕੋਫੀਸ਼ੀਐਂਟ x ਵਗੈਰਾ ਨਹੀਂ ਸੀਗੇ ਹੁਣ ਤੁਹਾਡੇ ਕੋਲ ਇੱਥੇ ਕੀ ਆ x ਵੀ ਹੈ ਕਲੀਅਰ ਪਹਿਲਾਂ ਕਨਸਟੈਂਟ ਪਹਿਲਾਂ ਅਸੀਂ ਜਿਹੜੀਆਂ ਕਰਕੇ ਆਏ ਪਾਰਟਿਕੂਲ ਇੰਟੀਗਰ ਤੱਕ ਉੱਥੇ ਕੀ ਸੀ ਕਨਸਟੈਂਟ ਕੋਫੀਸ਼ੀਐਂਟ ਹੁਣ ਕੀ ਆ ਵਰੀਏਬਲ ਕੋਫੀਸ਼ੀਐਂਟ ਇਹਨਾਂ ਚੀਜ਼ਾਂ ਨੂੰ ਸਮਝਿਓ ਨਹੀਂ ਤਾਂ ਤੁਸੀਂ ਕਨਫਿਊਜ਼ ਹੋ ਜਾਓਗੇ ਠੀਕ ਹੈ ਸੋ ਇੱਥੇ ਵਰੀਏਬਲ ਕੋਫੀਸ਼ੀਐਂਟ ਇਆਗੇ ਸੋ ਥਿਸ ਇਜ਼ ਦਾ ਹੋਮੋਜੀਨੀਅਸ ਲੀਨੀਅਰ ਇਕੁਏਸ਼ਨ ਫਸਟ ਆਫ ਅਲ ਤੁਹਾਨੂੰ ਇਹਦੀ ਪਹਿਚਾਨ ਪਤਾ ਹੋਣੀ ਚਾਹੀਦੀ ਆ ਨੈਕਸਟ ਹੈਗਾ ਡਿਫਾਈਨ ਕੋਚੀ ਲੀਨੀਅਰ ਇਕੁਏਸ਼ਨ ਐਂਡ ਸੋਲਵ ਇਟ ਸੋ ਕੋਚੀ ਲੀਨੀਅਰ ਇਕੁਏਸ਼ਨ ਸੇਮ ਇਹੀ ਚੀਜ਼ ਬਣਾਈ ਹੋਈ ਦੇਖੋ ਪੀ ਨਾਟ ਐਕਸ ਦੀ ਪਾਵਰ ਐਨ ਪੀ ਐਨ ਐਕਸ ਵਾਈ ਤੱਕ ਇਕੁਅਲ ਟੂ ਕਯੂ ਐਕਸ ਇਥੇ ਜਿਹੜੇ ਪੀ ਨਾਟ ਪੀ 1 ਪੀ ਐਨ ਅਪ ਟੂ ਸੈਗ ਨੇ ਰੀਅਲ ਕਨਸਟੈਂਟ ਹੈਗੇ ਨੇ ਮਤਲਬ ਰੀਅਲ ਕਨਸਟੈਂਟ ਹੈਗੇ ਨੇ ਐਂਡ ਜਿਹੜਾ ਕਯੂ ਐਕਸ ਹੈਗਾ ਉਹ ਫੰਕਸ਼ਨ ਆਫ ਐਕਸ ਦਾ ਹੈਗਾ ਇਹਨੂੰ ਬੋਲਦੇ ਆਪਾਂ ਕੋਚੀ ਲੀਨੀਅਰ ਸੋ ਨੈਕਸਟ ਇਹਦੇ ਵਿੱਚ ਦੇਖੋ ਇਹ ਤਾਂ ਸਿੱਧਾ ਹੀ ਤੁਹਾਨੂੰ ਵਰਕਿੰਗ ਮੈਥਡ ਮੈਂ ਦੱਸਦੀ ਆ ਇੱਕ ਇਹਦਾ ਹਾਂ ਸੋਲੂਸ਼ਨ ਦੇਖ ਲਿਓ ਹੋ ਸਕਦਾ ਪੇਪਰ 'ਚ ਉਹ ਪੁੱਛ ਲੈਣ ਸੋ ਇੱਕ ਇਹ ਨੋਟ ਡਾਊਨ ਵਾਸਤੇ ਤੁਸੀਂ ਕਰ ਲੈਣਾ ਥਿਸ ਇਜ਼ ਦਾ ਜਰਨਲ ਸੋਲੂਸ਼ਨ y সাই ਆਫ ਲੌਗ x ਜਿੱਥੇ x ਗ੍ਰੇਟਰ ਦੈਨ ਕੀ ਹੈਗਾ 0 ਇਹਦੇ ਵਿੱਚ ਆਪਾਂ ਕਰਦੇ ਕੀ ਆ x ਨੂੰ e ਦੀ ਪਾਵਰ z ਪੁੱਟ ਕਰਦੇ ਆ ਤੇ ਤੁਸੀਂ ਜਦੋਂ ਇਹ x e ਦੀ ਪਾਵਰ z ਹੈਗਾ ਦੋਨੇ ਪਾਸੇ ਲੌਗ ਲਾ ਲਓ ਇੱਧਰ ਆ ਜਾਏਗਾ ਲੌਗ x ਇਦਰ ਆਜਾਗਾ log e z ਤੁਹਾਨੂੰ ਪਤਾ logs ਪਾਵਰ ਮੋਰੀ ਆ ਜਾਂਦੀ ਆ log e ਬਚਾਏਗਾ log ਨਾਲ e ਕੈਨਸਲ 1 ਹੋ ਜਾਏਗਾ ਸੋ z ਕੀ ਆ ਗਿਆ log x ਕਲੀਅਰ ਨੈਕਸਟ ਦੇਖੋ ਵਰਕਿੰਗ ਮੈਥਡ ਇਹ ਹੀ ਇੰਪੋਰਟੈਂਟ ਹੈਗਾ ਵਰਕਿੰਗ ਮੈਥਡ ਵਰਕਿੰਗ ਰੂਲ ਕਿਦਾਂ ਕਿਦਾਂ ਵਰਕ ਕਰਦਾ ਇਹ ਮੈਥਡ ਦੇਖੋ ਸਭ ਤੋਂ ਪਹਿਲਾਂ ਜਿੱਥੇ ਵੀ x ਹੋਊਗਾ ਨਾ ਜਿੱਥੇ ਵੀ x ਹੋਊਗਾ ਉਹਨੂੰ ਤੁਸੀਂ e ਦੀ ਪਾਵਰ z ਪੁੱਟ ਕਰ ਦੇਣਾ ਕਲੀਅਰ ਯਾਨੀ ਕਿ ਹੁਣ ਇਹਨੂੰ ਦੋਨੇ ਪਾਸੇ log ਲਾਓਗੇ ਇੱਧਰ log x ਆਏਗਾ ਜਦੋਂ ਇੱਧਰ log ਲਾਓਗੇ ਤੁਸੀਂ इस पावर मोरी आ जाएगी z ਤੇ log n e ਕੈਨਸਲ ਹੋ ਜਾਏਗਾ ਤਾਂ z ਇਕੁਅਲ ਟੂ ਕੀ ਆ ਗਿਆ log x ਜਿੱਥੇ x ਕੀ ਹੈ ਗ੍ਰੇਟਰ ਦਨ 0 ਤੇ ਜਿੱਥੇ ਵੀ d dz ਆ ਗਿਆ ਯਾਨੀ d ਹੈਗਾ ਉਹਨੂੰ ਤੁਸੀਂ ਕੀ ਪੁੱਟ ਕਰੋਗੇ θ ਤੇ x d ਨੂੰ ਕੀ ਪੁੱਟ ਸੌਰੀ d dz ਨੂੰ θ x d ਨੂੰ ਕੀ ਪੁੱਟ ਕਰੋਗੇ θ x² d² ਨੂੰ θ 10 ਟੂ θ 1 x ਨੂੰ d ਨੂੰ ਕੀ ਪੁੱਟ ਕਰਨਾ x d ਨੂੰ ਕੀ ਪੁੱਟ ਕਰਨਾ ਤੁਸੀਂ θ x d ਨੂੰ ਕੀ ਪੁੱਟ ਕਰਨਾ θ ਤੇ ਜਿੱਥੇ ਵੀ ਤੁਹਾਡੇ ਕੋਲ x^2 d^2 ਹੈਗਾ ਉਹਨੂੰ ਪੁੱਟ ਕਰੋਗੇ θ10 ਤੋਂ θ-1 ਜੇ ਮਤਲਬ ਇੱਥੇ ਧਿਆਨ ਨਾਲ ਤੁਸੀਂ ਦੇਖੋ ਜੇ ਪਾਵਰ 2 ਹੈਗੀ ਤੇ -1 ਤੱਕ ਗਏ ਆ ਠੀਕ ਹੈ ਨਾ ਸੋ ਜੇ ਇਹਦੀ x^3 d^3 ਹੋਏਗਾ ਤੇ ਉਥੇ ਤੁਸੀਂ ਕਿਤੇ ਪਹਿਲਾਂ θ ਲਿਖੋਗੇ θ-1 θ- ਕਿਤੇ ਤੱਕ ਜਾਓਗੇ 2 ਤੱਕ ਜਾਓਗੇ ਇਹਦੀ ਅਪ ਟੂ ਸੋਨ ਜੇ n ਤੱਕ ਹੈਗਾ ਤੇ n-1 ਪਾਵਰ ਤੱਕ ਜਾਓਗੇ ਬਾਕੀ ਕੁਐਸਚਨਸ ਦੇਖਨੇ ਆ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਣਾ ਆ ਠੀਕ ਹੈ ਉਹੀ ਵਰਕਿੰਗ ਮੈਥਡ ਹੀ ਦੱਸਿਆ ਹੋਇਆ ਕਿ ਫਿਰ ਆਪਾਂ ਇਸ ਇਕੁਏਸ਼ਨ ਚ ਸਾਰੀਆਂ ਵੈਲਿਊਜ਼ ਪੁੱਟ ਕਰ ਦਣੀ ਆ ਲਾਸਟ ਤੇ z ਨੂੰ ਕੀ ਪੁੱਟ ਕਰ ਦੇਣਾ log x ਜਦੋਂ ਕੁਐਸਚਨ ਦੇਖੋਗੇ ਤੁਹਾਨੂੰ ਇਹ ਮੈਥਡ ਵੀ ਕਲੀਅਰ ਹੋ ਜਾਏਗਾ ਦੇਖੋ ਇਹ ਆ ਗਈ ਸਾਡੇ ਕੋਲ ਇਕੁਏਸ਼ਨ ਹੈਨਾ ਇਹ ਸੋਲਵ ਕਰਨ ਲਈ ਆਵੇ ਤੇ ਇਹਨੂੰ ਪਹਿਲਾਂ ਸਹੀ ਕਰਕੇ ਲਿਖ ਲਓ x³ ਨੂੰ ਇੱਧਰ ਲੈ ਜਾਓ ਤੇ ਇਹ ਇਕੁਏਸ਼ਨ ਬਣੇਗੀ ਹੁੰਦੀ ਇੱਕ ਕੀ ਬਦਲ ਅਦਾ ਦਾ ਜਿਹੜਾ ਵੇਰੀਏਬਲ ਆ ਉਹ ਜਿਹੜਾ ਕੋਫੀਸ਼ੀਐਂਟ ਆ ਉਹ ਇੱਕ ਵੇਰੀਏਬਲ ਕੋਫੀਸ਼ੀਐਂਟ ਆ ਠੀਕ ਆ ਸੋ ਇਹਨੂੰ ਸੋਲਵ ਕਰਨ ਦਾ ਮੈਥ ਤਾਨੂੰ ਪਤਾ ਇਹਨੂੰ ਤਾਂ ਡੀ ਦੀ ਫਾਰਮ ਚ ਲਿਖ ਦੰਨੇ ਆ ਤੇ ਕੀ ਬਣ ਗਿਆ ਸਾਡੇ ਕੋਲ x³ d³ ਇਕੁਅਲ ਟੂ ਕੀ ਆ ਗਿਆ ਸੀ 6y ਠੀਕ ਹੈ ਇਹ 6y ਜਦੋਂ ਆਪਾਂ ਇੱਧਰ ਲਾਜਮਾਂਗੇ ਇਹ ਚੀਜ਼ ਬਣ ਗਿਆ ਇਕੁਅਲ ਟੂ ਮਾਈਨਸ 6y 2 ਆਪਾਂ ਕਾਮਨ ਕਰ ਲੈਣੇ ਆ ਇਕੁਅਲ ਟੂ 0 ਤੇ ਤੁਹਾਨੂੰ ਪਤਾ ਹੀ ਆ ਆਕਸੀਲਰੀ ਇਕੁਏਸ਼ਨ ਵਗੈਰਾ ਕਿੱਦਾਂ ਬਣਦੀ ਉਹਨਾਂ ਨੇ ਆਪਾਂ ਡੀਲ ਕਰਨਾ ਆਪਾਂ ਦੀ ਟਰਾਂਸਫਰਮੇਸ਼ਨ ਦੇਖਣੀ ਕਿ ਇਹਨੂੰ ਟਰਾਂਸਫਰਮ ਕਿੱਦਾਂ ਕਰਦੇ ਆ ਆਪਾਂ ਟਰਾਂਸਫਰਮ ਕਰਨ ਲਈ ਜਿੱਥੇ ਵੀ x ਹੋਏਗਾ ਜਿੱਥੇ ਵੀ x ਹੋਏਗਾ ਉਹਨੂੰ ਕੀ ਪੁੱਟ ਕਰਨਾ e ਦੀ ਪਾਵਰ z तो जिथे भी एक्स के नाल डी पुट करना थीटा तो जिथे भी एक्स स्क डी की पुट करना थीटा इन इंटू थीटा माइनस वन बस तीस ये जड़िया गल् याद रखनिया मेन ठीक है यदि क्यूब होएगा थीटा इन टू थीटा माइनस वन थीटा माइनस टू पहले इन्ना काम करना सो यही देखो एक्स क्यूब की जगह आपटा इन टू थीटा माइनस वन थीटा माइनस टू माइनस सिक्स वाई इक्वल टू जीरो ठीक है ट्रांसफॉर्म होगी इक्वेशन ਤੋ ਇਹ ਹੁਣ ਇੱਕ ਸਿੰਪਲ ਇਕੁਏਸ਼ਨ ਉਹਦੇ ਵਰਗੀ ਬਣ ਗਈ ਜਿਹਦਾ ਆਪਾਂ ਪਿੱਛੇ ਸੋਲਵ ਕਰਦੇ ਹਾਂ ਜਿਹੜਾ ਫੰਕਸ਼ਨ ਆਫ ਡੀ ਹੁੰਦਾ ਸੀ ਇਹ ਹੁਣ ਫੰਕਸ਼ਨ ਆਫ θ ਆ ਫੰਕਸ਼ਨ ਆਫ θ ਨੂੰ ਇਕੁਅਲ ਟੂ 0 ਪੁੱਟ ਕਰੋਗੇ ਤਾਂ ੜੀ ਆਕਸੀਲਰੀ ਇਕੁਏਸ਼ਨ ਹੋਏਗੀ ਉੱਥੇ ਤੁਹਾਡੇ ਕੋਲ ਰੂਟਸ ਆ ਜਾਣਗੇ ਹੁਣ 3 ਆ 3 ਲਈ ਕੀ ਹੋਏਗਾ c1 e ਦੀ ਪਾਵਰ 3x ਠੀਕ ਹੈ ਇਦਾਂ ਹੀ ਜਿਹੜਾ ਕੰਪਲੈਕਸ ਆ ਉਹਦੀ ਤੁਸੀ ਕੰਪਲੈਕਸਲੀ ਲਿਖ ਲੈਣਾ ਠੀਕ ਹੈ x ਦੀ ਜਗ੍ਹਾ ਇੱਥੇ z ਲੜਾਈ ਫੰਕਸ਼ਨ ਆਫ z ਆ ਤੋ ਇਹਨਾਂ ਨੂੰ z ਲਿਖਣਾ ਤੁਸੀਂ ਠੀਕ ਹੈ ਬਸ ਲਾਸਟ ਕੀ ਕਰਨਾ z ਨੂੰ ਕੀ ਪੁੱਟ ਕਰਦੇ ਆਪਾਂ log ਆਫ x ਬਸ ਹੁਣ ਦੇਖੋ ਇਹਦੇ ਵਿੱਚ ਨੈਕਸਟ ਕੁਸ਼ਚਨ ਹੈ ਮਾਸਟਰ ਕਿਡਰ ਚ ਕੁਸ਼ਚਨ ਆਇਆ ਹੋਇਆ ਹੈ ਸਗਾ ਕਿ y ਦੀ ਮੀਨ ਆਫ ਟਰਾਂਸਫਰਮੇਸ਼ਨ z ਹੈਗਾ log x ਤੁਸੀਂ ਇਹ ਵਾਲੀ ਇਕੁਏਸ਼ਨ x^3 d^3 y dx^3 2x^2 d^2 y dx^2 2y 10 x +1/x ਇਹਨਾਂ ਨੇ ਜਸਟ ਟਰਾਂਸਫਾਰਮ ਕਰਨ ਲਈ ਕਿਹਾ ਸੀ ਕਿੰਦਾ ਜੇ z log x ਹੈਗਾ ਆ ਹੁਣ log ਉਧਰ ਜਾ ਕੇ ਕੀ ਬਣ ਜਾਂਦਾ ਤੁਹਾਨੂੰ ਪਤਾ ਯਾਨੀ ਕਿ x ਕੀ ਹੋਣਾ e ਦੀ ਪਾਵਰ z ਜਿੱਥੇ ਜਦੋਂ ਨੂੰ ਦੇਖੋ x ਹੋਣਾ ਉੱਥੇ ਤੁਸੀਂ e ਦੀ z ਪੁੱਟ ਕਰ ਦੇਣਾ ਜਿੱਥੇ x ਦੇ ਨਾਲ θ ਐ x ਦੇ ਨਾਲ d ਐ ਸੌਰੀ ਉਹਨੂੰ ਕੀ ਪੁੱਟ ਕਰ ਦੇਣਾ θ ਜੇ ਸਕੁਅਰ ਹੋਏਗਾ ਫਿਰ ਕੀ θ θ 1 ਜਿੱਥੇ ਕਯੂਬ ਹੁੰਦਾ जिथे क्यूब होएगा एक्स क्यूब थीटा क्यूब उन्होंने क्यूपुट कर देना थीटा इन डी क्यूब सॉरी थीटा इन टू थीटा माइनस तो, वन थीटा माइनस टू ठीक है सो जो ये इक्वेशन बनाओगे पहले तो बन जाएगा एक्स क्यूब डी क्यूब प्लस टू एक्स स्केयर डी स्केयर प्लस टू इंटू की आ जाएगा वाई इक्वल टू की है टेन एक्स प्लस वन अपॉन एक्स ਠੀਕ ਹੈ x ਨੂੰ ਤਾਂ ਆਪਾਂ ਕੀ ਪੁੱਟ ਕਰਨਾ e ਦੀ ਪਾਵਰ z ਤੇ 1 x ਨੂੰ ਕੀ ਪੁੱਟ x ਨੂੰ ਤਾਂ e ਦੀ ਪਾਵਰ z ਹੀ ਪੁੱਟ ਕਰਨਾ ਨੂੰ ਹੁਣ ਹੀ ਦੱਸਦਾ ਜਦੋਂ ਇੱਥੇ x ਨੂੰ e ਦੀ ਪਾਵਰ z ਪੁੱਟ ਕਰੋਗੇ ਇਧਰਲੀ ਸਾਈਡ ਤਾਂ ਇਹੀ ਬਣ ਜਾਏਗਾ e ਦੀ z ਜਦੋਂ 1 e ਦੀ ਜਿਹੜੇ ਉੱਪਰ ਜਾ ਕੀ ਦੀ ਪਾਵਰ z ਯਾਨੀ ਕਿ ਇਧਰ ਦੇਖੋ ਔਰ ਇਹਦਾ ਚੀਜ਼ ਉਹਦੀ ਪਤਾ ਲੱਗਦੀ ਸੀ ਤੇ ਉਹਨੇ ਆਪਸ਼ਨ ਚ 17 ਚ ਆਪਸ਼ਨ 'ਚ ਇਹ ਚੀਜ਼ ਬਿਲਕੁਲ ਸੇਮ ਰਹਿਣ ਦਿੱਤੀ। ਜਦੋਂ ਇੰਨਾ ਕੁ ਪਤਾ ਇਧਰ ਤਾਂ ਇਹੀ ਆਏਗਾ। ਹੁਣ ਇਧਰ ਤੁਸੀਂ ਸੋਲਵ ਕਰ ਲੈਣਾ। ਠੀਕ ਹੈ ਨਾ x³ d³ ਦੀ ਜਗ੍ਹਾ ਕੀ ਪੁੱਟ ਕਰੋਗੇ θ θ 1 θ 2 फिर टू एक्स स्केयर एक्स की जगह ईद पावर जैड थे डी की जगह ये तुम सॉल्व दिखाई है देखो साइ क्वेश्चन ही है ये बुक के ना सैकेंड क्वेश्चन ही है जो मास्टर केडर से डायरैक्ट क्वेश्चन लंबा था उन्हें जस्ट वो ट्रांसफॉर्मेशन पूछ ली ठीक है यही एक वाली क्वेश्चन है ना सू दिखती हुई एक्सन ईद्ड जेड न लॉग एक्स देखो एक्सई डी की पुट करना थीटा जिते एक्स स्केयर डी स्केयर वो थीटा इन थीटा माइनस वन क्यूब जगह थीटा इन थीटा माइनस वन थीटा माइनस टू सो पहले साढ़े को्यूब डी क्यूब प्लस की सगा टू इंटू एक्स स्केयर डी स्केयर प्लस टू इन टू वाई यही बस उस जगह की करनी वैल्यूज पुट कर दीती है वैल्यू स्पुट करके हमने अंदर मल्टीप्लाई थीटर थीटा नहीं किया थीटा स्केयर सारा सोल्व करके साह वाली चीज़ बन गई यह बन गए यही सांसर बस जो ऑप्शन है वह इदर लिखा सी डी क्यू माइनस डी स्केयर प्लस टू देखो ये ऑप्शन है साढ़े को डी क्यू माइनस डी स्केयर प्लस टू वाई ठीक है इधर तो आ वाला तो असी लोकेट कर ही लिया कि आया ਠੀਕ ਹੈ ਤਾਂ ਇਜ਼ੀ ਹੈਗਾ ਨਾ ਤੇ x ਨੂੰ ਇਦਵਾ ਬਰ ਜ਼ੈਡ ਜਿਹੜਾ ਇਹ ਟੈਕਸ ਵਾਲੀ ਕੁਐਸਚਨ ਕੁਝ ਤਾਂ ਤੁਹਾਡੇ ਲਈ ਹੈ ਤੁਸੀਂ ਖੁਦ ਨੂੰ ਸਿਰਫ ਸਿੰਪਲ ਟਰਾਂਸਫਰਮੇਸ਼ਨ ਸੀ ਉਹ ਵੀ ਹਿੰਦਸਿਆ ਸੀ ਹੈ ਕਿ z log ਠੀਕ ਹੈ ਤੁਹਾਡੀ z log x ਦਾ ਇਤ ਦਾ ਅੰਡਰਸਟੂਡ ਹੈ ਨਾ ਜੇ z log x ਹੈਗਾ ਆ ਤੇ log ਉਧਰ ਜਾ ਕੇ ਕੀ ਬਣ ਜਾਂਦਾ e ਠੀਕ ਹੈ ਨਾ ਤਾਂ x ਕੀ ਹੋਏਗਾ e ਦੀ ਪਾਵਰ z ਕਲੀਅਰ ਦੇਖੋ d^q d^2 2 d^q d^2 2 ਮਸੇ ਇਥੋਂ ਨੇ θ ਦੀ ਫਾਰਮਸ ਲਿਖਿਆ ਇਥੋਂ ਨੇ d ਦੀ ਫਾਰਮ ਚ ਲਿਖਿਆ ਕਲੀਅਰ ਇਹ ਵਾਸਤੇ ਕਿ ਤੁਸੀਂ ਆਪ ਦੇਖ ਲੈਣਾ ਆਕਜ਼ਲਿ ਇਕੁਏਸ਼ਨ ਲਈ ਆਪਾਂ ਇੱਕ ਕੁਐਸਚਨ ਹੈਗਾ ਦੇਖੋ ਇਹ ਵਾਲਾ ਕੁਐਸਚਨ ਹੈਗਾ x² log x ਦਿੱਤਾ ਹੋਇਆ ਆ ਕਰਨਾ ਸੀ ਉਦਾਂ ਹੀ ਹੈਗਾ ਇਹ x' ਨੂੰ θ x² d² ਨੂੰ θ 1 ਬਿਲਕੁਲ ਉਦਾਂ ਹੀ ਪੁੱਟ ਕੀਤਾ ਹੋਇਆ ਆ ਇਕੁਅਲ ਟੂ ਬਣ ਗਿਆ z e ਦੀ ਪਾਵਰ 2z ਕਿਉਂਕਿ x ਨੂੰ ਆਪਾਂ ਪੁੱਟ ਕਰਦੇ ਨਾ ਇੱਥੇ ਦੇਖੋ x ਨੂੰ e ਦੀ ਪਾਵਰ z ਪੁੱਟ ਕਰਦੇ ਤਾਂ z ਸਾਡੇ ਕੋਲ ਕੀ ਆਂਦਾ log x ਤਾਂ ਇੱਥੇ log x ਦੀ ਜਗ੍ਹਾ ਉਹਨੇ ਕੀ ਲਿਖਤਾ z ਤੇ x ਕਿ ਸਾਡੇ ਕੋਲ ਕੀ ਸੀਗਾ x ਨੂੰ ਕੀ ਪੁੱਟ ਕਾ ਦੇ e ਦੀ ਪਾਵਰ z ਤੇ ਜੇ ਸਕੁਅਰ ਆ ਤੇ e ਦੀ ਪਾਵਰ ਕੀ ਆ ਗਿਆ ਨਾਲ 2z ਕਲੀਅਰ ਹੈ ਨਾ ਬਸ ਇਹ ਟਰਾਂਸਫਰਮੇਸ਼ਨ ਉਹਨੇ ਪੇਪਰ 'ਚ ਪੁੱਛ ਲੈਣੀ ਆ ਬਾਕੀ ਆਕਸੀਲੇਰੀ ਇਕੁਏਸ਼ਨ ਲਈ ਸੇਮ ਹੀ ਆ ਅਸੀਂ ਫੰਕਸ਼ਨ ਆਫ d ਜਿਹੜਾ ਬਣਦਾ ਹੁੰਦਾ ਸੀ ਇਹ ਵਾਲਾ ਇਹਨੂੰ ਇਕੁਅਲ ਟੂ 0 ਪੁੱਟ ਕਰਦੇ ਸੀ ਉੱਥੇ ਸਾਡੇ ਕੋਲ ਰੂਟਸ ਆਉਂਦੇ ਸੀ ਉਹਦੇ ਅਕੋਰਡਿੰਗ ਹੀ ਬਸ ਆਪਾਂ ਕੰਪਲੀਮੈਂਟਰੀ ਫੰਕਸ਼ਨ ਫਾਈਂਡ ਆਊਟ ਕਰਦੇ ਸੀ ਕੰਪਲੀਮੈਂਟਰੀ ਫੰਕਸ਼ਨ 'ਚ ਬਸ ਇਥੇ x ਦੀ ਜਗ੍ਹਾ z ਆ ਕਿਉਂਕਿ ਇਥੇ x ਫੰਕਸ਼ਨ ਆਫ z ਬਣਾ ਦਿੱਤਾ ਠੀਕ ਹੈ ਬਾਕੀ ਪਰਟੀਕੁਲਰ ਇੰਟੀਗਰਲ सेम 1/fd ਨਾਲ ਇਕੁਅਲ ਟੂ ਜਿਹੜਾ q ਦਿੱਤਾ ਹੁੰਦਾ ਸੀ ਹੁਣ z e ਦੀ 2z ਐਜ਼ ਦੀ ਯਾਨੀ x e ਦੀ ਪਾਵਰ 2x ਦੀ ਤਰ੍ਹਾਂ ਦੇਖੋ ਤਾਂ ਇਹਨੂੰ ਕੀ ਹੁੰਦਾ e ਦੇ ਵਾਲਾ ਮੋਰੇ ਆ ਜਾਂਦਾ ਫਿਰ x ਵਾਲੇ ਰਹਿ ਜਾਂਦੇ ਠੀਕ ਬਾਕੀ ਸੋਲਵ ਕਰਨ ਦੇ ਸਾਰੇ ਉਹੀ ਪਰਟੀਕੁਲਰ ਇੰਟੀਗਰਲ ਵਾਲੇ ਮੈਥਡੋ ਕੋਈ ਚੇਂਜ ਹੋਏਗਾ ਭਾਵੇਂ ਤੁਸੀਂ ਇਹ ਚ ਵੀ ਦੇਖ ਲਓ ਇਹ ਵਾਲਾ ਮੈਥਡ ਜਿਹੜਾ ਇਹ ਵਾਲਾ ਸੀਗਾ ਨਾ ਇਹਦੀ ਆਕਸਿ ਪਰਟੀਕਲ ਇੰਟੀਗਰਲ ਇਹ ਚੀਜ਼ ਮੰਨ ਕੇ ਇਕੁਅਲ ਟੂ 10 e ਦੀ ਪਾਵਰ z z ਇੱਥੇ ਉਹਨੂੰ ਇਹਨੂੰ ਐਜ਼ e ਦੀ ਪਾਵਰ ax ਵਾਲੀ ਦੇਖੋ ਮਤਲਬ ਜਿੱਥੇ d ਹੁੰਦਾ ਸੀ ਉੱਥੇ ਆਪਾਂ a ਪੁੱਟ ਕਰਦੇ ਸੀ ਯਾਨੀ ਹੁਣ ਇੱਥੇ ਜਿੱਥੇ θਾ ਹੋਏਗਾ ਉੱਥੇ ਤੁਸੀਂ 1 ਪੁੱਟ ਕਰਨਾ ਇਹ ਤਾਂ ਸਾਡੇ ਕੋਲ 1 ਆ ਜਾਏਗਾ ਨਾ ਸੋਲਵ ਕਰਨ ਦੇ ਤਰੀਕੇ ਉਹੀ ਰਹਿਣਗੇ ਉਹ ਨਹੀਂ ਚੀਜ਼ ਹੋਣਗੇ ਠੀਕ ਹੈ ਸੋ ਇਹਨੂੰ ਵੀ ਤੁਸੀਂ ਦੇਖ ਲੈਣਾ ਪੂਰਾ ਤੇ ਸੋਲੂਸ਼ਨ ਕੰਪਲੀਟ ਸੋਲੂਸ਼ਨ ਚ ਕੀ ਹੁੰਦਾ ਇੱਕ ਕੰਪਲੀਮੈਂਟਰੀ ਫੰਕਸ਼ਨ ਪਲੱਸ ਜਿਹੜਾ ਤੁਹਾਡੇ ਕੋਲ ਪਰਟੀਕਲਰ ਇੰਟੀਗਰਲ ਆਇਆ ਕਲੀਅਰ ਸੋ ਇਸੇ ਕੇ ਸਾਡੇ ਕੋਲ ਕੁਝ ਕੁਐਸਚਨ ਠੀਕ ਹੈ ਇਦੇ ਵਿੱਚ ਜੋ ਮਾਸਟਰ ਕਿੱਟ ਦੇ ਕੁਸ਼ਚਨ ਉਹ ਵੀ ਕਰ ਲਿਆ ਨੈਕਸਟ ਦੇ ਵਿੱਚ ਆਪਾਂ ਲੈਗਜ਼ੈਂਡਰ ਇਕੁਏਸ਼ਨ ਬਾਰੇ ਦੇਖਾਂਗੇ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਥੈਂਕਸ ਫॉर ਵਾਚਿੰਗ ਦ ਵੀਡੀਓ